ਜਦੋਂ ਅਸੀਂ ਧੀਆਂ ਪੁੱਤਾਂ ਦੇ ਰਿਸ਼ਤੇ ਕਰਦੇ ਆ ਤਾਂ ਪਹਿਲਾਂ ਪੁੱਛਦੇ ਆ ਮੁੰਡੇ ਨੂੰ ਜ਼ਮੀਨ ਕਿੰਨੀ ਆਉਂਦੀ ਹੈ। ਤਾਂ ਯਾਦ ਰੱਖਿਓ ਪੰਜਾਬ ਔਰ ਹਰਿਆਣੇ ਦਾ ਹਰ ਜੱਟ ਜਿਹਦੇ ਕੋਲ 1 ਕਿੱਲਾ ਉਹ ਵੀ ਜਿਹਦੇ ਕੋਲ 10 ਕਿੱਲੇ ਆ ਉਹ ਵੀ ਮੋਢੇ ਤੇ ਗੰਡਾਸਾ ਹੋਏਗਾ। ਜਦੋਂ ਦਾ ਅੰਦੋਲਨ ਸ਼ੁਰੂ ਹੋਇਆ ਕਿਸੇ ਅਖਬਾਰ 'ਚ ਕਦੀ ਖਬਰ ਨਹੀਂ ਆਈ ਵੀ ਇੱਕ ਮੁੰਡਾ ਫਲਾਣੀ ਜਗ੍ਹਾ ਨਸ਼ੇ ਨਾਲ ਮਰ ਗਿਆ। ਕੋਈ ਖਬਰ ਨਹੀਂ ਕਦੇ ਆਉਂਦੀ। ਸੁਨੀਲ ਜਾਖੜ ਨੂੰ ਮੈਂ ਕਿਹਾ, ਮੈਂ ਕਿਹਾ ਜਾਖੜ ਸਾਹਿਬ ਦੱਸਿਓ ਕਿੰਨਾ ਕੁ ਦਬਾਅ ਹੈ, ਕਿੰਨਾ ਕੁ ਛੇਤੀ ਭੱਜਣ ਲੱਗੇ ਹੋ ਕਣਕ ਝੋਨੇ ਦੀ ਖਰੀਦ ਤੋਂ, ਕਿੰਨਾ ਕੁ ਛੇਤੀ ਕਿਸਾਨ ਨੂੰ ਵਿਹਲਾ ਕਰਨ ਲੱਗੇ ਹੋ। ਉਹਨੇ ਮੇਜ਼ 'ਤੇ ਹੱਥ ਮਾਰ ਕੇ ਕਿਹਾ MSP ਗਈ, MSP ਗਈ, MSP ਗਈ। ਇੱਕ ਤੁਹਾਡੀ ਸਾਰਿਆਂ ਦੀ ਮੰਗ ਹਮੇਸ਼ਾ ਰਹੀ, ਬੱਲੇ ਬੱਲੇ ਕਿੰਨੀਆਂ ਜਥੇਬੰਦੀਆਂ ਨੇ, ਇਹ ਇਕੱਠੇ ਕਿਉਂ ਨਹੀਂ ਹੁੰਦੇ? ਭਰਾਵੋ ਮੈਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ, ਦੁੱਧ ਦੇ ਮੋਰਚੇ ਦਾ ਤੁਹਾਡਾ ਫੈਸਲਾ ਉਹਦੇ ਕੋਲੋਂ ਘੁਰਕੀ ਦੇ ਕੇ ਕਰਵਾਇਆ ਸੀ, ਬੜੇ ਪ੍ਰਧਾਨ ਮੰਤਰੀਆਂ ਨਾਲ ਬਾਹ ਪਿਆ। ਮੈਨੂੰ ਇੱਕ BJP ਦਾ ਲੀਡਰ ਸ਼ੁਰੂ ਸ਼ੁਰੂ 'ਚ ਮਿਲਿਆ, ਉਹ ਕਹਿੰਦਾ ਮੈਂ ਇਹਨਾਂ ਨੂੰ ਕਿਹਾ ਵੀ ਪੰਜਾਬ 'ਚ ਜਿਹੜੇ ਲੋਕ ਵਸਦੇ ਨੇ ਇਹਨਾਂ ਦਾ ਇਤਿਹਾਸ ਪੜ੍ਹ ਲਓ, ਇਹ ਜੇ ਕਿਸੇ ਗੱਲ 'ਤੇ ਅੜ ਜਾਣ ਇਹ ਪਿੱਛੇ ਨਹੀਂ ਮੁੜਦੇ ਹੁੰਦੇ, ਕੋਈ ਬੇਵਕੂਫੀ ਨਾ ਕਰੋ। ਦੂਰੋਂ ਨੇੜਿਓਂ ਆਏ ਮੇਰੇ ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਵੋ, BBO, ਨੌਜਵਾਨੋ, ਸਟੇਜ 'ਤੇ ਬੈਠੇ ਕਿਸਾਨ ਮੋਰਚੇ ਦੇ ਆਗੂ ਸਾਹਿਬਾਨ, ਸਭ ਤੋਂ ਪਹਿਲਾਂ ਮੈਂ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਸਾਰਾ ਦੇਸ਼ ਇੱਕ ਅੰਦੋਲਨ ਵਿੱਚ ਹੈ, ਭਾਵੇਂ ਸਰਕਾਰ ਨੂੰ ਦਿਸਦਾ ਵੀ ਹੈ ਅਤੇ ਉਸ ਅੰਦੋਲਨ ਨੂੰ ਸਰਕਾਰ ਸਿਰਫ ਪੰਜਾਬ ਦਾ ਅੰਦੋਲਨ ਕਹੀ ਜਾ ਰਹੀ ਹੈ, ਅਸਲ ਵਿੱਚ ਇਹਦੇ ਪਿੱਛੇ ਵੀ ਇੱਕ ਕਹਾਣੀ ਹੈ। ਪੰਜਾਬ ਇਸ ਅੰਦੋਲਨ ਦਾ ਧੁਰ ਹੈ, ਇਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਕਹਾਣੀ ਜਿਹੜੀ ਮੇਰੇ ਨਾਲ ਬੀਤੀ, ਜਿਹੜਾ ਇਸ ਅੰਦੋਲਨ ਦਾ ਆਧਾਰ ਬਣਿਆ, ਉਹ ਤੁਹਾਡੇ ਨਾਲ ਸ਼ੇਅਰ ਕਰਨੀ ਚਾਹਾਂਗਾ। ਅਕਤੂਬਰ 2017 ਵਿੱਚ ਨੀਤੀ ਆਯੋਗ ਨੇ ਇੱਕ ਦਿੱਲੀ ਮੀਟਿੰਗ ਸੱਦੀ, ਉਹਦੇ ਵਿੱਚ ਉੱਤਰੀ ਭਾਰਤ 'ਚੋਂ ਮੈਨੂੰ ਸੱਦਿਆ ਗਿਆ, ਇੱਕ ਕਿਸਾਨ ਨੇਤਾ ਰਾਜਸਥਾਨ ਤੋਂ ਅਤੇ ਇੱਕ ਕਿਸਾਨ ਨੇਤਾ ਮਹਾਰਾਸ਼ਟਰ ਤੋਂ। ਉਹਦੇ 'ਚ ਕੋਈ 100 ਕੁ ਸੱਜਣ ਹਾਜ਼ਰ ਸੀ, ਬਹੁਤੇ ਕੰਪਨੀਆਂ ਦੇ ਮਾਲਕ ਆ, ਉਹਨਾਂ ਦੇ CEO ਜਾਂ ਫਿਰ ਉੱਥੇ ਸਰਕਾਰੀ ਅਰਥਸ਼ਾਸਤਰੀ ਅਤੇ ਅਧਿਕਾਰੀ ਸਨ। ਮੁੱਦਾ ਸੀ ਖੇਤੀ 'ਚ ਖੜੋਤ ਆ ਗਈ, ਇਹਨੂੰ ਕਿਵੇਂ ਦਰੁਸਤ ਕੀਤਾ ਜਾਏ, ਸਾਰਾ ਗਿਣੀ ਮਿਥੀ ਖੇਡ ਸੀ। ਸਭ ਤੋਂ ਪਹਿਲਾਂ ਇੱਕ ਸਰਕਾਰੀ ਅਰਥਸ਼ਾਸਤਰੀ ਉੱਠਿਆ, ਉਹਨੇ ਕਿਹਾ ਵੀ ਖੇਤੀ 'ਚ ਖੜੋਤ ਆ ਗਈ, ਇਹਦੀ ਖੜੋਤ ਤੋੜਨ ਲਈ ਇਨਵੈਸਟਮੈਂਟ ਚਾਹੀਦੀ ਹੈ, ਪੈਸਾ ਚਾਹੀਦਾ, ਕਿਸਾਨ ਦੇ ਕੋਲ ਕੁਛ ਨਹੀਂ, ਉਹ ਖੁਦਕੁਸ਼ੀਆਂ ਕਰ ਰਹੇ ਨੇ, ਇਸ ਲਈ ਬੇਨਤੀ ਕੀਤੀ ਜਾਵੇ ਵੱਡੀਆਂ ਕੰਪਨੀਆਂ ਨੂੰ, ਕਾਰਪੋਰੇਟਸ ਨੂੰ, ਉਹ ਖੇਤੀ 'ਚ ਇਨਵੈਸਟਮੈਂਟ ਕਰਨ, ਪੈਸਾ ਲਾਉਣ। ਉਸ ਤੋਂ ਤੁਰੰਤ ਬਾਅਦ ਇੱਕ ਕੰਪਨੀ ਦਾ CEO ਉੱਠਿਆ, ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਗਿਣੀ ਮਿਥੀ ਖੇਡ ਸੀ, ਉਹਨੇ ਉੱਠਦਿਆਂ ਹੀ ਕਿਹਾ ਅਸੀਂ ਪੈਸਾ ਲਾਉਣ ਲਈ ਤਿਆਰ ਹਾਂ ਪਰ ਸਾਡੀਆਂ ਕੁਝ ਸ਼ਰਤਾਂ ਨੇ। ਸ਼ਰਤ ਕੀ ਹੈ? ਉਹ ਕਹਿੰਦਾ ਵੀ ਸਾਨੂੰ 5-5, 7-7 ਹਜ਼ਾਰ ਏਕੜ ਦੇ ਜ਼ਮੀਨ ਦੇ ਕਲਸਟਰ ਬਣਾ ਕੇ ਦੇ ਦਿਓ, ਜਿਹਨੂੰ ਆਪਾਂ ਕਹਿੰਦੇ ਫਲਾਣੇ ਕੋਲ 20 ਕਿੱਲੇ ਦਾ ਟੱਕ ਹੈ, ਫਲਾਣੇ ਦਾ 10 ਕਿੱਲੇ ਦਾ ਟੱਕ ਹੈ, 5-5, 7-7 ਹਜ਼ਾਰ ਏਕੜ ਦੇ ਕਲਸਟਰ ਬਣਾ ਕੇ ਦੇ ਦਿਓ, ਉਹਦਾ ਠੇਕਾ ਸਰਕਾਰ ਤੈਅ ਕਰਦੇ, ਅਸੀਂ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰ ਦਿਆਂਗੇ ਅਤੇ ਸਰਕਾਰ ਅੱਗੇ ਕਿਸਾਨ ਨੂੰ ਦੇ ਦੇ, ਪਰ ਸ਼ਰਤ ਇਹ ਹੈ ਕਿਸਾਨ ਸਾਡੇ ਕੰਮ 'ਚ ਦਖਲ ਨਾ ਦੇ, 50 ਸਾਲ ਵਾਸਤੇ ਸਾਨੂੰ ਇਹ ਜ਼ਮੀਨ ਸੰਭਾਲ ਦਿਓ, 50 ਸਾਲ ਦਾ ਠੇਕਾ ਸਾਡੇ ਨਾਲ ਲਿਖਤੀ ਕਰ ਲਓ। 50 ਸਾਲਾਂ 'ਚ 3 ਪੁਸ਼ਤਾਂ ਕੰਮ ਕਰਨ ਵਾਲੀਆਂ ਬਦਲ ਜਾਂਦੀਆਂ। ਉਹ ਕਹਿੰਦੇ ਬਈ
साडे जे खेत विच काम करना है किसान ने तो मजदूर बन के काम करे। मीटिंग चलती रही, जेड़ा उठे यही गल, जेड़ा उठे यही गल। मेरी बारी आई, नंबर कटता, इन्हां दी गल बाद च सुणांगे। रामपाल जाट की बारी आई, वो भी कहते बाद च सुणांगे। विजय जवंदिया की बारी आई, कहते बाद च सुणांगे। अद्धा घंटा मीटिंग खत्म होने च रह गया। मैनू लग्या भी ये साडी हाजरी लुआ के देश नू इक सुनेहा देना चाहते ने भी किसान लीडर साडे विच सी, उन्हां दी हाजरी च असीं ये फैसला कीता। मैनू होर कुछ ना सुझिया, मैं उठ के इको दरवाजा सी बाहर निकल लई, उहदी कुंडी ला के उच्ची आवाज च चेयरमैन नू कहा भी मिस्टर चेयरमैन मेरे वल ध्यान दिओ, सानू हाजरी लवाउण लई सद्दिया। मैनू कही जे नहीं नहीं आपकी बात सुनेंगे। मैं कहा अद्धा घंटा रह गया, तीन असी बंदे हाँ, की साडी गल सुनेगा? मेरी गल सुन लै। मैं कुंडी लाती, जिहड़ा तू सुनेहा देना चाहुंदा, मैं अपने भाईचारे नू सुनेहा देना चाहुंदा। थोड़े च हिम्मत है ये कुंडी च खोल के कोई बाहर निकल के दिखावे? तुसी 100 बंदा बैठे हो, मैनू कुट के तो निकल जाओगे। मैं अपने देशवासियों नू, अपने भरावां नू सुनेहा देना चाहुंदा, तुहाडी नीयत की है? उस तो बाद वही मीटिंग 2 घंटे होर चली, खुला समा दिता गया। मेरी बारी आई, एक गल मैं उत्थे कह के आया। मैं कहा भी पंजाब दा जट, बहुत सारिया गल्लां होईयां पर एक गल जिने उन्हां ते असर किया, पंजाब दा जट ते हरियाणे दा जाट, इहदी कल्चर एक है, इहदा सभ्याचार एक है। साडे घरां विच पिंडां विच वसदे आ, जे कोई परिवार सारी जमीन बेच दे, असी फिर भी उहदे औलाद नूं कहिंदे आ जिमीदार दी औलाद है। जदों असी धीआं पुत्तां दे रिश्ते करदे आ तां पहलां पुछदे आ मुंडे नूं जमीन किन्नी आउंदी है। इहदा अर्थ है कि असी धरती नाल जुड़े हुए लोक आ, साडे कोलों तुसी जमीन खो नहीं सकदे। जे इह जिहा गलत कदम चुक लिया तां याद रखियो, पंजाब और हरियाणे दा हर जट जिहदे को 1 किला है वह भी, जिहदे को 10 किले है वह भी, मोढ़े ते गंडासा होएगा। तुसीं पंजाब ते हरियाणे नूं कंट्रोल नहीं कर सकोगे। इस गल दा उहनां ते असर होया, 2 साल लंघ गए। पर जिस तरह मेरे सारे साथी कही जा रहे सी, WTO दा दबाव सी, सरकार चुप चुपीते काम करती रही। दूजे पासे मैं भी शक हो गया, चुप चुपीते कागज़ पत्र कट्ठे करता रहा। मेरे ध्यान च जिहड़ा कमीशन तुहाडे भामित दा है, उहदी इक रिपोर्ट हथ लग गई। उहदे विचों लिखदा है भई सरकार नूं आ कणक झोने की खरीदो फरोख चो निकल जाना चाहिए। फिर 6 महीने बाद एक होर रिपोर्ट आई, उन्हें कहा 8.5% पंजाब च खर्चा देना पैंदा है टैक्सां दा, हरियाणे च 6.5% देना पैंदा है, होर बहुत खर्चे ने, सरकार का कम व्यापार करना नहीं हुंदा। इस करके सरकार कणक झोने की खरीद विचों निकले, यह कारपोरेट हाउसिस के हवाले किया जाए। एक चिट्ठी मेरे हाथ लग गई प्रधानमंत्री के दफ्तर की, सूबा सरकारों के मुख्यमंत्रियों नूं आई। वह चिट्ठी च लिखा सी, पंजाब सरकार की, पंजाब के मुख्यमंत्री नूं भी आई, उहदे च लिखा सी जे असी कणक झोना ना खरीदीए ते मार्केट जिन्ना घट भा दे विके, सरकार वह पैसे अपने कोलों दे दे भावंतर स्कीम च, ते तुहाडी की राय है? पंजाब सरकार ने भावें वह रद्द कर दिती, पर इस चिट्ठी दे नाल मैं चौंकिया। मैं कहा भी यह सीधी भजण वाली गल है। मैं सारे कागज कट्ठे करके पिछले साल 17 फरवरी सारिया सियासी पार्टियां दे वड्डे लीडर कट्ठे कर ले, किसान भवन च एक सैमीनार किया, सारियां नूं कहा, वह कागज दिते सारियां नूं फोटो कापियां करके, उन्हां नूं कहा पहले इन्हां नूं पढ़ो उहदे बाद बोलियो। मैं हर एक ते कोई ना कोई सवाल करता सी बोलण तों पहलां। कांग्रेस की वारी आई, सुनील जाखड़ नूं मैं कहा, मैं कहा जाखड़ साहब दस्सो किन्ना क दबा है केंद्र सरकार का, किन्ना क छेती भजन लगे हो कणक झोने की खरीद तो, किन्ना क छेती किसान नूं वेला करन लगे हो? उन्हें मेज ते हथ मार के कहा MSP गई, MSP गई, MSP गई।
अगे वो मेरे वाल इशारा करके सारे पार्टियां दे लीडरां नूं कहिंदा है भाई आ बंदा आपां नूं हर 6 महीने बाद कदे किसान पार्लीमेंट कदे कोई सैमीनार इस नूं ते इकट्ठे करके सवाल करदा है। अज तक आपां इहदियां गल्लां दा जवाब थोथा थूथा जिहा दे के तुर जांदे सी और असी एक दूजे नूं सियासी गालां कढ़ी जांदे आ। आ जिहड़े अज इहने कागज़ दित्ते है इह मंग करदे आ असी गंभीर होईए, उन्हें कहा जे अज भी गंभीर होके इकट्ठे होके ना लड़े तो पंजाब नूं कोई बचा नहीं सकता। बिचों अकाली दल तों भूंदल साहब वो बैठे कहिंदे मैनू बेंडी लाओ, मैनू नहीं अज तीन लभे बेंडी लगन दी, मैनू कहिंदे बेंडी लाओ। सारी चर्चा हुई 24 फरवरी नूं मैं चंडीगढ़ च इक रैली रखदा, सरकार नूं लग्या भी इन्ना छेती रैली रखी है किहड़ा कट होना है, मंजूरी दे दी। असी परेड ग्राउंड विच चंडीगढ़ दे च सारा प्रबंध कर लिया। जदों पंजाब चों बसां भरियां होईयां लोकां दियां किसानां दियां जान लगियां 9 बजे तक सरकार नूं यह अंदाजा हो गया भी यह हड़ रोकया नहीं जाना, 9:30 बजे सरकार ने पाबंदी लाती। इहदे बावजूद सारे चंडीगढ़ के आले दुआले 20-20 किलोमीटर तक सड़कां जाम हो गई, चंडीगढ़ मोहाली के चौंक जाम हो गए, तुहाडे चों कई सज्जन गए होने, तो बहुत सारे किसान 10 तों 15 किलोमीटर पैदल तुर के परेड ग्राउंड च पहुंचे। वह पहला मौका सी जदों इस लड़ाई का बिगल बजया। उसके बाद 5 जून तो ऑर्डीनेंसां की शक्ल च कानून आए, असी विरोध किया। एक तुहाडी सारयां दी मंग हमेशा रही बल्ले बल्ले किन्नियां जथेबंदियां ने इकट्ठे क्यों नहीं होंदे। मैं अपने ना साथियों ना गल की, चलो 100 मतभेद होणगे, हुण तां सब कुछ बर्बाद होण लग्या, आपां अज भी इकट्ठे नहीं हो सकते। जे अज इकट्ठे ना होए बर्बादी तो बाद इकट्ठे होयो ना होयो उहदा कोई लाभ नहीं। सारे ने मेरी गल मन्नी, बाकी एक दूजे की मन्नी, असी इकट्ठे हो गए, लड़ाई बिड़ दित्ती। असी रेलवे लाइनां ते बैठे, असी दिल्ली चले गए, अज मोर्चा दिल्ली च पखिया होया। ये मोर्चा तुसी पंजाब वाले जिन्होंने मुढ़ तोरिया, बाद च हरियाणा आया, फिर यूपी आया, फिर उत्तराखंड आया, फिर राजस्थान आया, फिर सारा देश आया, मोढ़ी तुसी सी। तुसी पंजाब वाले ने मोर्चे की मोढ़ी कट दिती, ते तुहाडा एक सुभा है। मैनू एक बीजेपी का लीडर शुरू शुरू च मिलिया, वह कहिंदा मैं इन्हां नूं कहा भी पंजाब च जिहड़े लोक वसदे ने इन्हां दा इतिहास पढ़ लो, ये जे किसी गल ते अड़ जाण ये पिछे नहीं मुड़दे होंदे, कोई बेवकूफी ना करो, इन्हां नाल फैसला कर लो। पर सरकार नूं लगदा सी भी ये पता नहीं एवें 4 दिन बाद उठ के चले जाणगे। अज सरकार फसी है, मोदी जी कहीं जांदे ने, देखो जी इन्हां नूं गलत फहमी है, बड़े दिन रौला पाया भी देखो जी मैं तां बड़ा भला कीता। असी जदों मीटिंग मंत्रियों नाल होई असी उन्होंने पूछया जी भला की कीता सानू, वह तो दस दौ, असी तो यह जहा भला मंगया नहीं सी, ते तुसी तुहानू की बुखार चढ़िया सी साडा भला करन दा, वह वापस ले लो। फिर दूजी गल कहिंदे जी असी एक देश एक मंडी बनाती, तुसी किते भी अपनी फसल बेच सकते हो। हुण मेरे वर्गे बंदे नूं इन्हें अपने पिंडे ते हंडाया जोन तोड़ू मोर्चा, उहनू तां मूर्ख बना नहीं सकदे। इत्थे सर अवतार सिंह हुंदे सी कौंके तों, सबद्दी तों सर गुरचरण सिंह हुंदे सी चढ़ाई करके, हरभजन सिंह जंडी सी, असी सारे कट्ठे सी, असी जोन तोड़ू मोर्चा लाया सी 1974 च, जिहदे च 1450 किसानां ने जेल यात्रा कीती। पंजाब दे किसानां नूं इजाजत नहीं सी पंजाब दा बॉर्डर क्रॉस करके अपनी फसल बेचण दी। असी 5 किलो कणक सिर ते रख के हिमाचल वालों रोपड़ तो अगे असी जांदे सी, साढ़े ते कणक की समगलिंग का केस बनता सी, ते 40 दिन सानू उहदे च कैद हो जांदी सी, कैद कट के आए। उन्हां दिनां विच जस्टिस कुलदीप सिंह इह इंग्लैंड तो पढ़ के आए, वकालत पढ़ के आए, असी इन्हां नूं वकील करके हाई कोर्ट च एक रिट पाती। उस रिट का फैसला 1 अक्तूबर 1976 च साढ़े हक च आ गया। हाई कोर्ट ने कहा किसान जिहड़ा मिट्टी च मिट्टी होके पैदा करता है उहनू किसे नूं अधिकार नहीं
ਉਹਨੂੰ ਰੋਕਣ ਦਾ ਉਹ ਆਪਣੀ ਫਸਲ ਜਦੋਂ ਚਾਹੇ ਜਿੱਥੇ ਚਾਹੇ ਜਿੰਨੀ ਚਾਹੇ ਕਿਤੇ ਵੀ ਸਾਰੇ ਦੇਸ਼ ਚ ਲਿਜਾ ਕੇ ਵੇਚ ਸਕਦਾ ਇਹਨੂੰ ਤੁਸੀਂ ਸਟਾਕਿਸਟ ਵੀ ਨਹੀਂ ਕਹਿ ਸਕਦੇ ਜ਼ੋਨ ਟੁੱਟ ਗਏ 1977 ਚ ਜਨਤਾ ਪਾਰਟੀ ਦੀ ਸਰਕਾਰ ਆਈ ਇੱਥੋਂ ਸਾਹਿਬ ਜਗਦੇਵ ਸਿੰਘ ਤਲਵੰਡੀ ਮੈਂਬਰ ਪਾਰਲੀਮੈਂਟ ਸੀ ਪਹਿਲੇ ਹੀ ਸੈਸ਼ਨ ਵਿੱਚ ਮਤਾ ਪਾਸ ਹੋਇਆ सारे देश का एक जोन हो तलवंडी साहब सानू बधाइया दे जान यूनियन वाले तुहानू बधाई तो तुहाडा मोर्चा फतेह हो गया तो मैं मोदी साहब नू पुछया भी सानू दस्यो केड़ी पाबंदी सी साडे ते केड़ा कानून है जिहदे नाल असीं अपनी फसल पंजाब तो बाहर नहीं सी लिजा सकते कोई कानून नहीं तुसीं केड़ा नवां काम कीता हाँ यह जरूर कीता है भी आ मंडी तबाह हो जाए जिहड़ा दुनिया का बेहतरीन मार्केटिंग सिस्टम है पंजाब और हरियाणे च ਇਹ ਟੁੱਟ ਜਾਏ ਤੇ ਇੱਥੇ ਕਾਰਪੋਰੇਟ ਹਾਊਸਿਸ ਆਪਣੀਆਂ ਪ੍ਰਾਈਵੇਟ ਮੰਡੀਆਂ ਬਣਾ ਲੈਣ ਔਰ ਲੋਕਾਂ ਨੂੰ ਲੁੱਟਣ ਹੌਲੀ ਹੌਲੀ ਅਮਰੀਕਾ ਵਾਂਗ ਸਾਰੀਆਂ ਜ਼ਮੀਨਾਂ ਉਹਨਾਂ ਦੇ ਹੱਥ 'ਚ ਆ ਜਾਣ ਮੈਂ ਮੰਤਰੀਆਂ ਨੂੰ ਸਵਾਲ ਕੀਤਾ ਸੀ ਭਈ ਦੁਨੀਆ ਦਾ ਫੇਲ ਹੋਇਆ ਮਾਡਲ ਤੁਸੀਂ ਸਾਡੇ 'ਤੇ ਲਾਗੂ ਕਿਉਂ ਕਰਦੇ ਹੋ ਅਮਰੀਕਾ ਵਿੱਚ ਵੱਡੀਆਂ ਕੰਪਨੀਆਂ ਕੋਲ 80% ਜ਼ਮੀਨ ਚਲੀ ਗਈ 20% ਆਮ ਕਿਸਾਨਾਂ ਕੋਲ ਹੈ ਤੇ ਉਹੀ ਮਾਡਲ ਜਿਹੜਾ ਉੱਥੇ ਫੇਲ ਹੋ ਗਿਆ ਉੱਥੇ ਵਾਲਮਾਰਟ ਨੇ ਕੀ ਸਵਾਰਤਾ ਕਿਸਾਨਾਂ ਦਾ ਬੁਰੀ ਤਰ੍ਹਾਂ ਫੇਲ ਹੋਇਆ ਮਾਡਲ ਹੈ ਸਾਡੇ ਤੇ ਲਾਗੂ ਨਾ ਕਰੋ ਫਿਰ ਗੱਲ ਆ ਗਈ ਜੀ ਕਾਨੂੰਨ ਤੁਹਾਨੂੰ ਸਮਝ ਨਹੀਂ ਪੈਂਦੀ ਹੁਣ ਮੋਦੀ ਜੀ ਥਾਂ ਥਾਂ ਕਹਿੰਦੇ ਨੇ ਉਹਨਾਂ ਦੇ ਮੰਤਰੀ ਕਹਿੰਦੇ ਨੇ ਜੀ ਕਲੌਜ਼ ਬਾਈ ਕਲੌਜ਼ ਬਹਿਸ ਕਰ ਲਓ ਸਾਡੀ 4 ਬੰਦਿਆਂ ਦੀ ਡਿਊਟੀ ਲੱਗੀ ਇੱਥੇ ਸੰਧੂ ਸਾਹਿਬ ਮੇਰੇ ਨਾਲ ਬੈਠੇ ਨੇ ਵੀ ਤੁਸੀਂ ਕੇਸ ਪੇਸ਼ ਕਰਨਾ ਹੈ ਸਭ ਤੋਂ ਪਹਿਲਾਂ ਮੈਂ ਬੋਲਦਾ ਸੀ ਭਰਾਵੋ ਤਿੰਨ ਵਾਰ ਸਾਰੇ ਕਾਨੂੰਨਾਂ ਦੇ ਇੱਕ ਇੱਕ ਸੈਕਸ਼ਨ ਤੇ ਪੂਰੀ ਬਹਿਸ ਕੀਤੀ ਔਰ ਬਹਿਸ ਕਰਦੇ ਸੀ ਜਦੋਂ ਹਰੇਕ ਸੈਕਸ਼ਨ 'ਚ ਅਸੀਂ ਨੁਕਸ ਕੱਢਦੇ ਸੀ ਮੰਤਰੀ ਲਿਖ ਲੈਂਦੇ ਸੀ ਹਾਂ ਜੀ ਇਹ ਨੁਕਸ ਹੈ ਇਸਕੋ ਅਮੈਂਡਮੈਂਟ ਕਰਕੇ ਠੀਕ ਕਰ ਦੇਂਗੇ ਦੂਜਾ ਸੈਕਸ਼ਨ ਚੱਕਿਆ ਹਾਂ ਇਹ ਨੁਕਸ ਹੈ ਅਮੈਂਡਮੈਂਟ ਕਰਕੇ ਠੀਕ ਕਰ ਦੇਂਗੇ ਸਾਰੇ ਨੁਕਸ ਲਿਖੀ ਗਏ ਮੈਂ ਕਿਹਾ ਜਿਹਦੇ 'ਚ ਸਾਰੇ ਨੁਕਸੇ ਨੁਕਸ ਨੇ ਜਿਹੜਾ ਅੱਜ ਮੋਦੀ ਕਹਿੰਦਾ ਕਾਲਾ ਕੀ ਹੈ ਜੇ ਸਾਰੇ ਕਾਨੂੰਨ 'ਚ ਕਾਲਾ ਹੀ ਕਾਲਾ ਹੈ ਫਿਰ ਇਹਨੂੰ ਰੱਖਣ ਦੀ ਕੀ ਲੋੜ ਹੈ ਕਿਉਂ ਬਣਾਇਆ ਇਹ ਕਾਨੂੰਨ ਇਹਨੂੰ ਵਾਪਸ ਲੈ ਲਓ ਇੱਕ ਮੀਟਿੰਗ ਹੋਈ ਇੱਕ ਕੇਂਦਰ ਦਾ ਬਹੁਤ ਹੀ ਪ੍ਰਭਾਵਸ਼ਾਲੀ ਮੰਤਰੀ ਮੈਨੂੰ ਕਹਿੰਦਾ ਰਾਜੇਵਾਲ ਜੀ ਆਪਕੀ ਬਾਤ ਠੀਕ ਹੈ ਕਾਨੂੰਨ ਹਮਨੇ ਬਣਾ ਦਿਆ ਹਮਾਰੀ ਵੀ ਰੱਖ ਲਓ ਆਪਣੀ ਵੀ ਰੱਖ ਲਓ ਮੈਂ ਕਿਹਾ ਜੀ ਕੀ ਕਰਨਾ ਹੈ ਕਹਿੰਦਾ ਇਸਮੇ ਇਤਨੀ ਅਮੈਂਡਮੈਂਟ ਕਰ ਦਿਓ ਇਤਨੀ ਅਮੈਂਡਮੈਂਟ ਕਰ ਦਿਓ ਇਹ ਬਿਲਕੁਲ ਇਨਇਫੈਕਟਿਵ ਹੋ ਜਾਏ ਇਸਕਾ ਕੋਈ ਅਸਰ ਹੀ ਨਾ ਰਹੇ ਇੱਕ ਤਰਪੜਾ ਰਹੇਗਾ ਲੇਕਿਨ ਆਜ ਇਸਕੋ ਵਾਪਸ ਲੈਣੇ ਕੇ ਲਿਏ ਨਾ ਕਹੋ ਮੈਂ ਕਿਹਾ ਕਿਉਂ ਨਾ ਕਹਾ ਹਮਨੇ ਬਹੁਤ ਸੇ ਸੁਧਾਰ ਕੀਏ ਹੈ ਹਮਨੇ ਬਹੁਤ ਸਾਰੇ ਲੇਬਰ ਕੇ ਕਾਨੂੰਨ ਬਣਾਏ ਹੈ ਅਗਰ ਆਪਕੇ ਯੇ ਕਾਨੂੰਨ ਆਜ ਵਾਪਸ ਲੈ ਲਈਏ ਕੱਲ ਕੋ ਲੇਬਰ ਵਾਲੇ ਆ ਕੇ ਬੈਠ ਜਾਏਗੇ ਮੈਂ ਇਕਦਮ ਉਹਨੂੰ ਕਿਹਾ ਵੀ ਮੰਤਰੀ ਜੀ ਜੇ ਇੰਨੇ ਪਾਪ ਕੀਤੇ ਆ ਤਾਂ ਇੱਕੋ ਵਾਰੀ ਗੰਗਾ ਨਹਾ ਲਓ ਸਾਰਿਆਂ ਨੂੰ ਵਾਪਸ ਲੈ ਲਓ ਉਹਨੂੰ ਕੋਈ ਜਵਾਬ ਨਹੀਂ ਆਇਆ ਸਭ ਤੋਂ ਸੀਨੀਅਰ ਮੰਤਰੀ ਮੀਟਿੰਗ 'ਚ ਉੱਠ ਕੇ ਚਲਾ ਗਿਆ ਇਹ ਕਹਿੰਦੇ ਨੇ ਇਹਦੇ 'ਚ ਕਾਲਾ ਕੀ ਆ ਸਾਨੂੰ ਦੱਸ ਦਿਓ ਇੱਕ ਇੱਕ ਦਾਣਾ ਕਾਲਾ ਦਾਲ ਦਾ ਇੱਕ ਇੱਕ ਦਾਣਾ ਕਾਲਾ ਹੈ ਔਰ ਜਿਹੜੀ ਨੀਅਤ ਹੈ ਉਹ ਤੁਹਾਡੀ ਜ਼ਮੀਨ 'ਤੇ ਅੱਖ ਹੈ ਮੈਂ ਪੁੱਛਿਆ ਇੱਕ ਮੀਟਿੰਗ 'ਚ ਵੀ ਮੈਨੂੰ ਇਹ ਦੱਸਿਓ ਜੇ ਇੱਥੇ ਦੇ ਕਿਸਾਨਾਂ ਨੂੰ ਵਿਹਲੇ ਕਰਨਾ ਹੈ ਉਹਨਾਂ ਦੇ ਨਾਲ ਖੇਤ ਮਜ਼ਦੂਰ ਨੇ 86% ਆਬਾਦੀ ਆਪਣੀ ਰੋਟੀ ਖੇਤੀ 'ਚੋਂ ਕਮਾਉਂਦੀ ਹੈ ਕੋਈ 90-95 ਕਰੋੜ ਲੋਕ ਨੇ ਜਿਨ੍ਹਾਂ ਦੀ ਰੋਜ਼ੀ ਰੋਟੀ ਖੇਤੀ ਵਿੱਚੋਂ ਹੈ ਤੁਸੀਂ ਇਹ ਸਾਰਾ ਮਾਡਲ ਬਦਲ ਦਿਓਗੇ ਉਹ ਅਨਪੜ੍ਹ ਨੇ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇੱਕ ਰਿਪੋਰਟ ਹੈ ਉਹਨਾਂ ਦੀ ਇੱਕ ਸਟੱਡੀ ਹੈ ਭਾਈ ਪੰਜਾਬ ਜੀ ਨੂੰ ਤੁਸੀਂ ਬਹੁਤ ਅੱਗਾਂ ਵਧੂ ਸਟੇਟ ਕਹਿੰਦੇ ਹੋ ਉਸ ਸਟੇਟ ਵਿੱਚ ਕਿਸਾਨਾਂ ਦਾ ਹਾਲ ਇਹ ਹੈ ਭਾਈ 65% ਕਿਸਾਨ 10ਵੀਂ ਜਮਾਤ ਪਾਸ ਨਹੀਂ ਕਰ ਸਕੇ 75% ਖੇਤ ਮਜ਼ਦੂਰ 10ਵੀਂ ਫੇਲ ਨੇ ਤੇ ਜਿਨ੍ਹਾਂ ਲੋਕਾਂ ਦੇ 10ਵੀਂ ਜਮਾਤ ਪਾਸ ਨਹੀਂ ਹੋਈ ਉਹਨਾਂ ਦੇ ਸਰਕਾਰ ਦੀਆਂ ਕੁਣਤਰਾਂ ਉਹ ਕਿਵੇਂ ਸਮਝਣਗੇ ਇਹਨਾਂ ਲੋਕਾਂ ਕੋਲ ਕੋਈ ਸਕਿੱਲ ਨਹੀਂ ਕੋਈ ਹੁਨਰ ਨਹੀਂ ਅਨਪੜ੍ਹ ਨੇ ਅੱਧ ਪੜ੍ਹੇ ਨੇ ਤੁਸੀਂ ਜ਼ਮੀਨਾਂ ਲੈ ਲਓਗੇ ਏਡੀ ਵੱਡੀ ਪੱਧਰ ਤੇ ਜਿਹੜੇ ਲੋਕ ਬੇਰੁਜ਼ਗਾਰ ਹੋਣਗੇ ਉਹਨਾਂ ਨੂੰ ਰੁਜ਼ਗਾਰ ਕਿੱਥੋਂ ਦਿਓਗੇ ਕੋਈ ਜਵਾਬ ਨਹੀਂ ਸਰਕਾਰ ਕੋਲ ਹਰ ਕਾਨੂੰਨ ਤੇ ਇੱਕ ਇੱਕ ਕਲੌਜ਼ ਤੇ 3 ਵਾਰੀ ਬਹਿਸ ਕਰ ਲਈ
तीन बारी बहस करने तो बाद जदों नहीं बोले तुसी पढ़िया होना प्रेस च असी सारे अक गए बहस कर करके चार चार पांच पांच घंटे दी मीटिंगां विच असी सारे ने यस और नो लिख के तख्तियां उन्होंने मूहरे करतियां सानू दसो वापस लेंदे हो कि नहीं कोई जवाब नहीं असी एक घंटा चुप करके मौन धर के प्रोटेस्ट वजो यस और नो दियां तख्तियां लेके बैठे रहे मंत्रियों कोई जवाब नहीं सानू ठोर दे रहे भी कोई बोलू कोई बोले ना मीटिंग बर्खास्त हो गई 11 मीटिंगां प्रावो हुई हैं कोई इन्हां कोल जवाब ये मनदे ने भी साढ़े कोलों बन गए कानून गलत साढ़ा किसी तरह खैड़ा चढ़ दो रिपील शब्द ना वरतो या तो सानू एक मीटिंग च कहिंदे रिपील का बदल कोई शब्द दस दिओ असीं क्या दस दिंदे आ वह भी दस दिंदे पर सानू यह दसो तुसीं कानून बनाए क्यों मेरे तो पहला वकील साहब बोल रहे थे सिखों साहब मीटिंग असीं पुछिया भी साडे देश का एक संविधान है संविधान की 7th शड्यूल में तीन लिस्टा ने एक लिस्ट में वो कानून ने वो सारे कानून ने जिहड़े सूबे की सरकार बना सकती है एक लिस्ट में वो कानून ने जिहड़ी सेंटर बना सकती है एक लिस्ट ऐसी है जिथे सेंटर ते स्टेट दोनों कानून बना सकते हैं सूबे की लिस्ट में 13 नंबर से 12 नंबर से यह लिखा भी खेती राज्यां दा विषय है अकाली वध अधिकारां दी गल करदे सी इह तां विचाले छड्ड गए पर असीं फड़ लिया है कि इह तां वध अधिकारां दा विषय तुसीं दखल नहीं दे सकते एग्रीकल्चर मार्केटिंग 18 नंबर से दर्ज है यह भी राज्यां दा विषय तुसीं इहदे च क्यों दखल दिता कहिंदे जी 33 नंबर एंट्री है जिहड़ी सांझी लिस्ट कंकरेंट लिस्ट दे विच उहदे मुताबक असीं इह कानून बणाए मैं कहा जी मैनूं इक दस्सिओ ਇਹ ਕਿਸਾਨਾਂ ਵਾਸਤੇ ਤਾਂ ਬਣੇ ਨਹੀਂ ਤੁਸੀਂ ਕਾਨੂੰਨ ਦਾ ਨਾਂ ਟ੍ਰੇਡ ਵਾਸਤੇ ਲਿਖਿਆ ਟ੍ਰੇਡ ਵਾਸਤੇ ਵਪਾਰ ਵਾਸਤੇ ਕਾਨੂੰਨ ਬਣਾਏ ਨੇ ਕਿਸਾਨਾਂ ਲਈ ਕਾਨੂੰਨ ਨਹੀਂ ਬਣਾਏ ਇਹਦੇ 'ਚ ਲਿਖਿਆ ਫੂਡ ਸਟੱਫ ਤੁਸੀਂ ਫੂਡ ਸਟੱਫ ਵਾਸਤੇ ਕਾਨੂੰਨ ਬਣਾ ਸਕਦੇ ਹੋ ਅਸੀਂ ਫੂਡ ਸਟੱਫ ਤਾਂ ਪੈਦਾ ਹੀ ਨਹੀਂ ਕਰਦੇ ਅਸੀਂ ਫੂਡ ਗ੍ਰੇਨ ਪੈਦਾ ਕਰਦੇ ਹਾਂ ਅਸੀਂ ਕਣਕ ਪੈਦਾ ਕਰਦੇ ਹਾਂ ਸਿੱਧਾ ਆਟਾ ਨਹੀਂ ਪੈਦਾ ਕਰਦੇ ਆਟਾ ਫੂਡ ਸਟੱਫ ਹੈ ਕਣਕ ਫੂਡ ਗ੍ਰੇਨ ਹੈ ਅਸੀਂ ਝੋਨਾ ਪੈਦਾ ਕਰਦੇ ਹਾਂ ਸਿੱਧੇ ਚੌਲ ਨਹੀਂ ਕਰਦੇ ਝੋਨਾ ਫੂਡ ਗ੍ਰੇਨ ਹੈ ਚੌਲ ਫੂਡ ਸਟੱਫ ਹੈ ਹਰ ਚੀਜ਼ ਜੋ ਅਸੀਂ ਪੈਦਾ ਕਰਦੇ ਹਾਂ ਉਹ ਫੂਡ ਗ੍ਰੇਨ ਹੈ ਅਸੀਂ ਤਾਂ ਮੰਡੀ 'ਚ ਜਾਂਦੇ ਹਾਂ ਵਪਾਰ ਕਰਨ ਲਈ ਨਹੀਂ ਜਾਂਦੇ ਅਸੀਂ ਮੰਡੀਕਰਨ ਕਰਨ ਲਈ ਜਾਂਦੇ ਹਾਂ ਮਾਰਕੀਟਿੰਗ ਅਤੇ ਐਗਰੀਕਲਚਰ ਦੋਨੋਂ ਸਟੇਟ ਸਬਜੈਕਟ ਹੈ ਤੁਸੀਂ ਇਹਦੇ 'ਚ ਦਖਲ ਨਹੀਂ ਦੇ ਸਕਦੇ ਉਹ ਇੱਕ ਕੇਸ ਚੱਕ ਕੇ ਬਹਿ ਗਏ ਕਹਿੰਦੇ ਜੀ ਆਹ ਦੇਖੋ ਜੀ ਇੱਕ ਕੇਸ ਸਾਡੇ ਹੱਕ 'ਚ ਫੈਸਲਾ ਹੋਇਆ ਮੈਂ ਕਿਹਾ ਅਗਲੀ ਤਰੀਕ 'ਤੇ ਮੈਂ 10 ਕੇਸ ਲੈ ਕੇ ਆਊਂ ਜਿਨ੍ਹਾਂ 'ਚ ਲਿਖਿਆ ਹੋਊ ਸਾਡੇ ਹੱਕ 'ਚ ਫੈਸਲਾ ਹੋਇਆ ਕਿਉਂ ਗੁੰਮਰਾਹ ਕਰਦੇ ਹੋ ਮੈਂ ਇੱਕ ਮੀਟਿੰਗ 'ਚ 7 ਪਾਰਲੀਮੈਂਟ ਦੇ ਸਵਾਲਾਂ ਦੇ ਜਵਾਬ ਲੈ ਕੇ ਚਲਾ ਗਿਆ ਮੈਂ ਮੰਤਰੀ ਜੀ ਨੂੰ ਕਿਹਾ ਵੀ ਮੰਤਰੀ ਜੀ ਇੰਨਾ ਨੰਬਰ ਸਵਾਲ ਫਲਾਣੇ ਐਮ ਪੀ ਦਾ ਇਸ ਤਰੀਕ ਨੂੰ ਤੁਸੀਂ ਜਵਾਬ ਦਿੱਤਾ ਹੈ ਵੀ ਖੇਤੀ ਰਾਜਾਂ ਦਾ ਵਿਸ਼ਾ ਆਹ ਮੇਰੇ ਕੋਲ ਹੈ ਇੰਨਾ ਨੰਬਰ ਸਵਾਲ ਫਲਾਣੇ ਐਮ ਪੀ ਦਾ ਇਸ ਤਰੀਕ ਨੂੰ ਤੁਸੀਂ ਜਵਾਬ ਦਿੱਤਾ ਹੈ ਖੇਤੀ ਮਾਰਕੀਟਿੰਗ ਰਾਜਾਂ ਦਾ ਵਿਸ਼ਾ ਮੈਂ ਸੱਤੇ ਪੜ੍ਹਤੇ ਮੈਨੂੰ ਦੱਸਿਓ ਫਿਰ ਹੁਣ ਇਹ ਤੁਹਾਡਾ ਤੁਸੀਂ ਇਹਦੇ 'ਚ ਹੱਥ ਕਿਉਂ ਪਾਇਆ ਕੋਈ ਜਵਾਬ ਨਹੀਂ ਆਇਆ ਹਾਂ ਮੈਨੇ ਕਿਹਾ ਹੋਊਗਾ ਹਾਂ ਮੈਨੇ ਕਿਹਾ ਹੋਊਗਾ 5 ਮਿੰਟ ਬੈਠਿਆ ਅੱਛਾ ਆਪ ਬੈਠ ਕੇ ਕੁਛ ਸੋਚੋ ਮੈਂ ਜਰਾ ਹੋ ਆਊਂ ਉੱਠ ਕੇ ਆਪਣੇ ਕਮਰੇ 'ਚ ਚਲਾ ਗਿਆ ਐਡੇ ਬੇਈਮਾਨ ਅੱਜ ਤੱਕ ਭਰਾਵੋ ਮੈਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਦੁੱਧ ਦੇ ਮੋਰਚੇ ਦਾ ਤੁਹਾਡਾ ਫੈਸਲਾ ਉਹਦੇ ਕੋਲੋਂ ਘੁਰਕੀ ਦੇ ਕੇ ਕਰਵਾਇਆ ਸੀ ਬੜੇ ਪ੍ਰਧਾਨ ਮੰਤਰੀਆਂ ਨਾਲ ਬਾਹ ਪਿਆ ਮੈਨੂੰ ਅੱਜ ਦਾ ਪ੍ਰਧਾਨ ਮੰਤਰੀ ਸਭ ਤੋਂ ਜ਼ਿਆਦਾ ਡਰਾਮੇਬਾਜ਼ ਸਭ ਤੋਂ ਵੱਡਾ ਝੂਠਾ ਸਭ ਤੋਂ ਵੱਡਾ ਬੇਈਮਾਨ ਨਜ਼ਰ ਆਉਂਦਾ ਇਹ ਤੋਂ ਵੱਡੀ ਬਦਕਿਸਮਤੀ ਦੇਸ਼ ਦੀ ਕੀ ਹੋਏਗੀ ਇੱਕ ਸਰਵੇ ਹੋਇਆ ਉਹ ਸਰਵੇ ਪ੍ਰੈਸ 'ਚ ਤੁਸੀਂ ਵੀ ਪੜ੍ਹਿਆ ਹੋਣਾ ਉਹਦੇ 'ਚ ਕਿਹਾ ਗਿਆ ਵੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਦਿਨ ਵਿੱਚ 58 ਵਾਰ ਝੂਠ ਬੋਲਦਾ ਮੈਂ ਕਿਹਾ ਉਹਨਾਂ ਨੂੰ ਮੰਤਰੀਆਂ ਨੂੰ ਸਿੱਧਾ ਸਿੱਧਾ ਵੀ ਜੇ ਪ੍ਰਧਾਨ ਮੰਤਰੀ ਝੂਠ ਬੋਲਦਾ ਤੁਹਾਡਾ ਵੀ ਫਾਰਮੂਲਾ ਇਹੀ ਹੈ ਝੂਠ ਬੋਲੋ ਝੂਠ ਬੋਲੋ ਝੂਠ ਬੋਲੋ ਤਾਂ ਕਿ ਉਹ ਸੱਚ ਬਣ ਜਾਏ ਤੁਸੀਂ ਝੂਠ ਨੂੰ ਸੱਚ ਬਣਾਉਣਾ ਚਾਹੁੰਦੇ ਹੋ ਬੜੀਆਂ ਸਿੱਧੀਆਂ ਸਿੱਧੀਆਂ ਗੱਲਾਂ ਹੁੰਦੀਆਂ ਨੇ ਔਰ ਮੈਨੂੰ ਅਫਸੋਸ ਹੈ
अब पार्लीमेंट विच साडा प्रधानमंत्री बोलिया तीन क दिन पहला, सारी दुनिया ने सुनिया। भरावो प्रधानमंत्री देश का चेहरा होंदा, दुनिया च उहदे इक इक शब्द ते विचार होंदा, जो उहदे मुंहों निकलदा उहनूं लोक ते दुनिया घोखदी है। साडे प्रधानमंत्री ने सानूं गालां कढ़ियां, डिप्लोमैटिक गालां। साडे प्रधानमंत्री ने जिहड़ा कहिंदा सी, पहलां कहिंदे सी, मैं हैरान हाँ, तुहाडे लई खुशी की गल दसदा, असी दो तीन मीटिंगां जदों भजाए ना, जिहड़े पंजाब दे अफसर गए सी उहनां नूं कहिंदे, यार असी तां समझदे सी किसानां दे लीडर एवें हुंदे आ, इह तां सानूं घुमाई फिरदे आ, इह तुहाडे लई वधाई की गल है, तुहाडे नुमाइंदे उन्होंने अपना लोहा मनाया। कोई एक गल का जवाब तो सानू दे जिदे नाल असीं धरवास करिए, सरकार ने किते इत्थे ठीक किया, सारा प्लान गलत, मुढ़ तो अखीर तक सारा कानून गलत। एसेंशियल कमेटीज एक्ट बनाया, आम शहरियों नूं प्रभावित करता है, 1955 का कानून है, जिन्निया व्यापारी ते पाबंदियां सी सारी खत्म करती। एग्रीकल्चर मार्केटिंग वास्ते कानून बनाया, कहिंदे कोई टैक्स नहीं, कोई लसेंस नहीं, कोई कोर्ट च नहीं जा सकता, जे तुहाडे पैसे दब जे तुसी कोर्ट च भी नहीं जा सकते, खुली छुट्टी। असी उन्हूं पुछिया, मध्य प्रदेश विच हुणे एक स्कैंडल होया, एक कंपनी पता नहीं किन्ने करोड़ का माल किसानों तो खरीद के तुर गई, वह लभदा ही नहीं। असी क्या तेरी स्टेट च हो गया, इत्थे की हो? एक गल मेरी याद रखियो, जे आ मंडी ना रही होएगा की? बिहार ने 2006 विच APMC एक्ट खत्म कर दिता सी, मंडी का कानून खत्म कर दिता सी। ऐतकी साढ़े वर्करा ने, सारिया जथेबंदियों के वर्करा ने, उन्होंने दिनों में असी रेलवे लाइना से बैठे से जो झोना खरीद हो रहा है, इन्होंने थां थां ट्रक फड़े, बिहार तो आए, इन्होंने थां थां तो ट्रक फड़े, यूपी तो आए, की भा खरीदया? बिहार च 900 रुपये झोना खरीदया, इतने 1888 किसानों के नाम से उन्होंने लिया के बेच लिया। यूपी च 1200 रुपये झोना खरीदया, इतने लिया के 1888 बेच लिया। हूँ कहते नहीं 202 लाख टन पंजाब च खरीद हो गई, पंजाब के रकबे तो देख लो कि झोना हो सकता है, 180-185 लाख टन हो सकता है, जो बाकी झोना आया वह बिहार और यूपी तो आके इतने विकया। ये भी अगली गल मैं जी तुम्हें कहनी चाहना, जे थोड़ी मंडी ना रही, मैनू इस गल की चिंता है, थोड़े को मंडी वास्ते नहीं, मार्केटेबल सरप्लस कहते ने शब्द, तुहाडे कोल 135 लाख टन कणक मार्केटेबल सरप्लस पई है, तुसी पहला अपने घर खाण जोगी साल दी रख दिओ, बाकी मंडी च वेचदे नूं मार्केटेबल सरप्लस कहिंदे आ। बाकी सूबयां विच जिथे है ही कुछ नहीं, वह सारी वेच दिंदे आ, फिर मुल लैके खांदे आ, तुसी मुल नहीं लैंदे, तुसी अपनी कणक पहला घर जोगी रख के वेच दिओ, मार्केटेबल सरप्लस 135 लाख टन कणक है, 185 लाख टन झोना तुहाडे कोल वेचण नूं मंडियां च है। जे ये मंडी टुट गई तो फिर तुहाडे झोने नूं किसी ने एडा सरप्लस झोना इहनू किसी ने 700 नूं नहीं पुछना। हुण नवीं मंडी बन गई, कहिंदा दो मंडियां बनातियां, दो मंडियां, एक प्राइवेट मंडी अंबानी अडानी दी, का तुहाडी APMC, उहनूं कहता टैक्स फ्री है। सीधी जी मिसाल दिना मैं तुहानूं, उहनूं 164 रुपये क्विंटल कणक दे उत्ते टैक्स दी छोड़ देती। दुनिया च जिहड़े वड्डे कारपोरेट हाउसिस ने, वह जदों मार्केट च आउंदे ने, जिहड़ा उन्हां दे मुकाबले ते हुंदा उहनूं पहलां मारना हुंदा, उन्होंने वह बजट रखते ने 500 करोड़, 1000 करोड़, उन्होंने वास्ते 5-10 रुपये हुंदा, उहदे नाल अपने जिहड़ा मुकाबला करन वाला है उहनूं भजाउणा हुंदा। पर इत्थे तां सरकार नहीं पैसे देती 164 रुपये, वह तुहानूं 64 रुपये देगा अपने जिहड़े टैक्सां की छोट होगी, तुसीं 64 रुपये के लालच में उहदे कोल बेचोगे अपनी कणक। आ जिहड़ा अंदर आड़ती बैठा है, ये 1 साल 2 साल 3 साल वध तों वध इहदी कैपेसिटी इन्नी देर रुकू, ये पैसे वाले लोग ने, यह तो कोई होर धंधा कर लैणगे। तो जदों ये तुर गया, उहनूं पता है भी मेरी हुण मनोपली है, फिर नक बुल मार के 700 रुपये झोना आ जाओ। मैं इसे लई तुहानूं बेनती करदा, आ मंडी रहनी जरूरी है।
ਬਰਾਵੋ ਸਥਿਤੀ ਇਸ ਪਾਸੇ ਨੂੰ ਜਾ ਰਹੀ ਹੈ। ਜੇ ਤੁਸੀਂ ਸਾਰਾ ਕੇਂਦਰ ਦਾ ਵਤੀਰਾ ਦੇਖੋ, ਕਦੇ ਅੱਜ ਉਹਨੇ ਕਹਿਤਾ ਜੀ ਇਹ ਤਾਂ ਪਵਿੱਤਰ ਅੰਦੋਲਨ ਹੈ, ਜਿਹੜਾ ਤੁਹਾਨੂੰ ਗਾਲਾਂ ਕੱਢਦਾ ਸੀ ਇਹ ਗਲੀਆਂ ਦੇ ਕੀੜੇ ਨੇ, ਇਹ ਸ਼ਬਦ ਵਰਤਿਆ ਸੀ ਉਹਨੇ, ਉਹਨੇ ਤੁਹਾਨੂੰ ਗਲੀਆਂ ਦੇ ਕੀੜੇ ਕਿਹਾ, ਉਹਨੇ ਤੁਹਾਨੂੰ ਅੰਦੋਲਨ ਕਰਨ ਦੀ ਆਦਤ ਹੈ ਕਹਿੰਦੇ ਇਹਨਾਂ ਨੂੰ, ਇਹ ਕਹਿ ਕੇ ਬੜਾ ਲੱਛੇਦਾਰ ਭਾਸ਼ਣ ਦੇ ਕੇ ਜਦੋਂ ਸਾਰੀ ਦੁਨੀਆਂ 'ਚੋਂ ਵਿਰੋਧ ਹੋਇਆ, ਫਿਰ ਅੱਜ ਬਦਲ ਕੇ ਕਹਿੰਦਾ ਪਵਿੱਤਰ ਅੰਦੋਲਨ ਹੈ। ਇਸ ਲਈ ਬਹੁਤ ਕੁਛ ਮੈਂ ਲੰਬੀ ਗੱਲ ਕਰ ਸਕਦਾ, ਮੈਨੂੰ ਤੁਹਾਡੇ ਇੱਥੇ ਧੁੱਪ 'ਚ ਬੈਠਿਆਂ ਦਾ ਮੈਨੂੰ ਫਿਕਰ ਹੈ, ਤੁਸੀਂ ਇੰਨੀ ਦੇਰ ਮੈਨੂੰ ਸੁਣਨ ਲਈ, ਸਾਰਿਆਂ ਦੇ ਵਿਚਾਰ ਸੁਣਨ ਲਈ ਇੱਥੇ ਬੈਠੇ, ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਪਰ ਇੱਕ ਗੱਲ ਕਹਿ ਕੇ ਹੈਂਜੀ ਇੱਕ ਮੈਂ ਬੇਨਤੀ ਕਰਾਂਗਾ, ਤੁਸੀਂ ਬਹੁਤ ਲੰਬਾ ਇਹ ਅੰਦੋਲਨ ਕੀਤਾ ਹੈ, ਇਹਦੀ ਇਸ ਅੰਦੋਲਨ 'ਤੇ ਸਾਰੀ ਦੁਨੀਆ ਦੀ ਨਿਗਾਹ ਹੈ, ਸਾਰੀ ਦੁਨੀਆ ਵਿੱਚ ਇਹਦੀ ਚਰਚਾ ਹੈ, ਸਰਕਾਰ ਨੂੰ ਕੋਈ ਜਵਾਬ ਨਹੀਂ ਆਉਂਦਾ। ਤੁਹਾਡੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਸ਼ਾਂਤਮਈ ਅੰਦੋਲਨ ਕਰਨਾ ਕਿਸਾਨਾਂ ਦਾ ਕਾਨੂੰਨੀ ਵਿਧਾਨਕ ਹੱਕ ਹੈ, ਅਤੇ ਜੇ ਸ਼ਾਂਤਮਈ ਬੈਠੇ ਨੇ ਤੁਸੀਂ ਇਹਨਾਂ 'ਤੇ ਪੁਲਿਸ ਫੋਰਸ ਨਹੀਂ ਵਰਤ ਸਕਦੇ। ਇਹ ਤੋਂ ਇਲਾਵਾ ਇੰਟਰਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਕਿਹਾ ਹਿੰਦੁਸਤਾਨ ਦੇ ਕਿਸਾਨ ਸ਼ਾਂਤਮਈ ਅੰਦੋਲਨ ਕਰ ਰਹੇ ਨੇ, ਉਹਨਾਂ ਦਾ ਅਧਿਕਾਰ ਹੈ, ਸਰਕਾਰ ਨੇ ਉਹਨਾਂ ਦੇ ਉੱਤੇ ਪਾਣੀ ਦੀਆਂ ਪੁਛਾੜਾਂ ਕਿਉਂ ਮਾਰੀਆਂ, ਟੀਅਰ ਗੈਸ ਕਿਉਂ ਛੱਡੀ, ਭਾਰਤ ਸਰਕਾਰ ਜਵਾਬ ਦੇਵੇ। ਦੁਨੀਆ ਦੇ ਪੱਧਰ 'ਤੇ ਯੂਨਾਈਟਿਡ ਨੇਸ਼ਨਜ਼ ਤੁਹਾਡੇ ਇਹਨਾਂ ਕਾਨੂੰਨਾਂ 'ਤੇ ਚਰਚਾ ਹੋਈ, ਅੱਜ ਤੱਕ ਇੱਕਾ ਨਵਾਂ ਵਰਤਾਰਾ ਕਦੀ ਨਹੀਂ ਦੇਖਿਆ। ਅਮਰੀਕਾ 'ਚ ਕੋਈ ਵੀ ਰਾਸ਼ਟਰਪਤੀ ਨਵਾਂ ਬਣਦਾ ਜਾਂ ਸਾਡੇ ਇੱਥੇ ਬਣਦਾ, ਇੱਕ ਦੂਜੇ ਨੂੰ ਵਧਾਈ ਦਿੰਦੇ ਨੇ। ਅਮਰੀਕਾ 'ਚ ਨਵਾਂ ਰਾਸ਼ਟਰਪਤੀ ਆਇਆ, ਅੱਜ ਤੱਕ ਮੋਦੀ ਜੀ ਨੂੰ ਟੈਲੀਫੋਨ ਕਿਉਂ ਨਹੀਂ ਕੀਤਾ, ਉਹਨੇ ਫਤਿਹ ਫਤੂਹੀ ਵੀ ਕਿਉਂ ਨਹੀਂ ਹੋਈ, ਕਿਉਂਕਿ ਉੱਥੇ ਵੀ ਸਮਝਦੇ ਨੇ ਵੀ ਇਹਨੇ ਗਲਤ ਕੀਤਾ। ਉੱਦਾਂ ਅਮਰੀਕਾ ਲਈ ਇਹ ਪਾਲਿਸੀਆਂ ਉਹਦੇ ਹਿੱਤ 'ਚ ਨੇ, ਪਰ ਜਿਹੜਾ ਕਿਸਾਨਾਂ ਨਾਲ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਉਹਦੀ ਵਿਰੋਧਤਾ ਉਹ ਵੀ ਕਰਦੇ ਨੇ। ਤੁਹਾਡੇ ਕਾਨੂੰਨਾਂ ਦੇ ਉੱਤੇ ਆਸਟ੍ਰੇਲੀਆ 'ਚ ਬਹਿਸ ਹੋ ਚੁੱਕੀ, ਤੁਹਾਡੇ ਇਹਨਾਂ ਕਾਨੂੰਨਾਂ 'ਤੇ ਨਿਊਜ਼ੀਲੈਂਡ ਦੀ ਪਾਰਲੀਮੈਂਟ 'ਚ ਬਹਿਸ ਹੋ ਚੁੱਕੀ, ਤੁਹਾਡੇ ਇਹਨਾਂ ਕਾਨੂੰਨਾਂ ਦੇ ਉੱਤੇ ਇੰਗਲੈਂਡ ਦੀ ਬਹਿਸ ਵਿੱਚ ਸਪੈਸ਼ਲ ਸੈਸ਼ਨ ਬੁਲਾਇਆ ਜਾ ਰਿਹਾ। ਤਾਂ ਮੋਦੀ ਜੀ ਨੂੰ ਇਕੱਲੇ ਨੂੰ ਇਹ ਕਾਨੂੰਨ ਪਿਆਰੇ ਨੇ? ਸਾਰੀ ਦੁਨੀਆ ਕਹਿਣ ਲੱਗ ਪਈ ਇਹ ਕਾਨੂੰਨਾਂ ਨਾਲ ਸਾਰੇ ਦੇਸ਼ ਦਾ ਬੇੜਾ ਗਰਕ ਹੋ ਜਾਏਗਾ, ਪਰ ਮੋਦੀ ਜੀ ਨੂੰ ਇਹ ਕਾਨੂੰਨਾਂ ਨਾਲ ਇਸ ਲਈ ਪਿਆਰ ਹੈ। ਮੈਨੂੰ ਕੱਲ੍ਹ ਕੋਈ ਕਹਿੰਦਾ ਸੀ ਵੀ ਦੋ ਗੁਜਰਾਤੀ ਬਾਣੀਆਂ ਨੂੰ ਦੇਸ਼ ਲੁਟਾਈ ਜਾ ਰਹੇ ਨੇ, ਲੈਣ ਵਾਲੇ ਵੀ ਅੰਬਾਨੀ ਅਡਾਨੀ ਦੋਏ ਗੁਜਰਾਤੀ, ਅਮਿਤ ਸ਼ਾਹ ਅਤੇ ਮੋਦੀ ਦੋਏ ਗੁਜਰਾਤੀ, ਰੇਲਵੇ ਉਹਨਾਂ ਕੋਲ, ਦੇਸ਼ ਦੇ ਵਧੀਆ ਓਐਨਜੀਸੀ ਦੇ ਜਿਹੜੇ ਰਿਫਾਈਨਰੀਆਂ ਨੇ ਉੱਥੇ ਤਾਂ ਤੇਲ ਸਾਫ਼ ਨਹੀਂ ਹੁੰਦਾ, ਪਰ ਅਡਾਨੀਆਂ ਦੀ ਰਿਫਾਈਨਰੀ 'ਚ ਤੇਲ ਸਾਫ਼ ਹੁੰਦਾ, ਤੇਲ ਦੇ ਸੈਕਟਰ 'ਚ ਉਹ, ਰੇਲਵੇ 'ਚ ਉਹ, ਕਮਿਊਨੀਕੇਸ਼ਨ 'ਚ ਉਹ, ਡਿਫੈਂਸ 'ਚ ਉਹ, ਕਿਹੜਾ ਸੈਕਟਰ ਛੱਡਿਆ? ਆਹ ਜਿਹੜਾ ਬਜਟ ਪੇਸ਼ ਹੋਇਆ, ਚੌਕਸ ਹੋ ਜਾਓ। ਮੇਰੇ ਕੋਲ 4 ਦਿਨ ਪਹਿਲਾਂ ਕੋਈ ਕੇਂਦਰ ਦਾ ਇੱਕ ਅਫਸਰ ਆਇਆ, ਆ ਕੇ ਮੇਰੇ ਗੋਡੀ ਹੱਥ ਲਾਇਆ, ਮੈਨੂੰ ਕਹਿੰਦਾ ਮੈਂ ਤੁਹਾਡੇ ਦਰਸ਼ਨ ਕਰਨ ਆਇਆ, ਤੁਸੀਂ ਏਡਾ ਵੱਡਾ ਅੰਦੋਲਨ ਜਿਹਨੇ ਸਾਰੀ ਦੁਨੀਆ 'ਚ ਗੂੰਜ ਪਾ ਦਿੱਤੀ ਉਹ ਖੜਾ ਕੀਤਾ, ਪਰ ਨਾਲ ਤੁਹਾਨੂੰ ਇਹ ਵੀ ਦੱਸਣ ਆਇਆ 3 ਮਹੀਨੇ ਤੋਂ ਵੱਧ ਸਮਾਂ ਨਹੀਂ ਹੈ, ਦੇਸ਼ 'ਚ ਹਫੜਾ ਦਫੜੀ ਫੈਲ ਜਾਣੀ ਹੈ। ਪਹਿਲੀ ਵਾਰੀ ਬਜਟ ਵਿੱਚ ਇਹ ਪ੍ਰੋਵੀਜ਼ਨ ਰੱਖਿਆ ਗਿਆ ਵੀ 12 ਲੱਖ ਕਰੋੜ ਦਾ ਸਰਕਾਰ ਕਰਜ਼ਾ ਲੈਣਾ ਚਾਹੁੰਦੀ ਹੈ ਜਨਤਾ ਤੋਂ, ਜਨਤਾ ਵਿੱਚ ਕਰਜ਼ੇ ਦੇ ਬੌਂਡ ਫਲੋਟ ਕੀਤੇ ਜਾਣਗੇ, ਅੱਜ ਤੱਕ ਇਤਿਹਾਸ 'ਚ ਕਦੇ ਨਹੀਂ ਹੋਇਆ। ਇਹ ਵੀ ਨਵੀਂ ਗੱਲ ਹੋਈ ਹੈ, ਕੋਈ 10 ਵੱਡੀਆਂ ਕੰਪਨੀਆਂ ਜਿਹੜੀਆਂ ਮੁਨਾਫੇ 'ਚ ਨੇ ਇਸ ਦੇਸ਼ ਦੀਆਂ, LIC ਵਰਗੀਆਂ, ਉਹਨਾਂ ਨੂੰ ਵੇਚਣ ਦਾ ਪ੍ਰਸਤਾਵ ਬਜਟ 'ਚ ਆਇਆ। ਸਾਰੇ ਬਜਟ ਵਿੱਚ ਸਮਾਜ ਦੇ ਕਿਸੇ ਵਰਗ ਨੂੰ ਕੋਈ ਰਾਹਤ ਨਹੀਂ, ਨਾ ਮੁਲਾਜ਼ਮ ਨੂੰ, ਨਾ ਕਿਸਾਨ ਨੂੰ, ਨਾ ਮਜ਼ਦੂਰ ਨੂੰ, ਨਾ ਕਿਸੇ ਹੋਰ ਸੈਕਟਰ ਨੂੰ। ਜੇ ਰਿਆਇਤ ਦਿੱਤੀ ਹੈ ਤਾਂ ਕਾਰਪੋਰੇਟ ਹਾਊਸਿਸ ਨੂੰ ਕਾਰਪੋਰੇਟ ਟੈਕਸ 'ਚ ਰਿਆਇਤ ਦਿੱਤੀ ਹੈ। ਇਹੋ ਜਿਹੀ ਸਥਿਤੀ 'ਚ ਜੇ ਐਸੈਂਸ਼ੀਅਲ ਕਮੋਡਿਟੀਜ਼ ਐਕਟ ਵਿੱਚ ਛੋਟਾਂ ਦਿੱਤੀਆਂ, ਕਹਿੰਦੇ ਜੀ ਇਹਦਾ ਕੋਈ ਸਟਾਕ ਚੈੱਕ ਨਹੀਂ ਕਰੂ, ਜੇ ਕਿਤੇ ਲੋੜ ਪੈ ਜੇ ਤਾਂ ਦੇਖਾਂਗੇ ਪਿਛਲੇ 5 ਸਾਲ ਦੀ ਐਵਰੇਜ ਮਹਿੰਗਾਈ, ਜੇ ਉਹ 100% ਦੇ ਵੱਧ ਹੋ ਜੂ ਫਿਰ ਅਸੀਂ ਉਹਦਾ ਸਟਾਕ ਚੈੱਕ ਕਰਾਂਗੇ, ਪਰ ਇਹ ਵੀ ਖਿਆਲ ਰੱਖਾਂਗੇ ਵੀ ਕਿਤੇ ਉਹਦੀ ਜਿਹੜੀ ਪ੍ਰੋਸੈਸਿੰਗ ਕਪੈਸਿਟੀ ਹੈ ਇੰਡਸਟਰੀ ਦੀ, ਉਹ ਤਾਂ ਨਹੀਂ ਪ੍ਰਭਾਵਿਤ ਹੁੰਦੀ, ਉਹ ਤੋਂ ਵੱਧ ਤਾਂ ਨਹੀਂ ਹੈ।
यह भी ध्यान रखांगे भी जिन्हें स्टॉक करके रखे उसका कोई सौदा किया हो नहीं प्रभावित होंगे। यह मतलब सारा कानून कारपोरेट हाउसिस खुश करने लिए बनाया गया। इसे शुरू जदों कानून बने मैं ओपनली कहा सी एक कानून साड़ी सरकार ने नहीं बनाए, ये तो कानून कारपोरेट हाउसिस ने बनाए, किसी कारपोरेट हाउस के सीईओ ने बनाए, उसे तो साड़ी सरकार ने तो मोहर लाई है। तो भरावो देश खूब बहुत तरातल वाल नीवे पद्धर नूं जा रहा, समाज के हर वर्ग नूं बाहर निकलना पेगा जे देश बचाउणा। तां भाजपा हिंदुत्व के मुद्दे से इत्थे दी आबादी नूं वंडना चाहुंदी है। मैनू खुशी है इस संजो अंदोलन ने भाजपा का यह एजेंडा हिंदुत्व का जात पात का एजेंडा एक गुठे लाता। मैनू इस गल की खुशी है यह अंदोलन दुनिया का सब तो लंबा समा चलन वाला अंदोलन, यह अंदोलन जिदे विच दुनिया के सब तो वध लोग शामिल होए होण, यह अंदोलन जिहड़ा दुनिया विच सब तो वध शांतमई रहा होवे, यह रिकॉर्ड करन वाला अंदोलन है। ए अंदोलन जन अंदोलन बन गया समाज का हर वर्ग। मैं जो उ देखता ट्राली में बैठे दो ओ बंदे जिन्हों का पिंड च सिर वटमा वैर है, उस छड़ के पार्टी बाजी दो जफ्फी पा के एक ट्राली च बैठे ने, बहुत कुछ सोध दिता। मैनू खुशी होंगी है जो मैं उत्ते स्टेज तो एड्रेस करके उतरदा अपने बच्चों नौजवानों। मैं एको गल कहना, मेरी गल तुसी भी ध्यान नाल सुन लियो, जदों तक यह अंदोलन शांतमई तुहाडी यकीनी है कोई रोक नहीं सकता। जिदण इहदे विच हिंसा आ गई मोदी जित जाएगा। यह ध्यान करना, मैं अपने बच्चों हर बार ये कहना नौजवानों भी नौजवानों तुहाडे ते बहुत वड्डी जिम्मेवारी है। तुहानू इत्थे दे पॉलिटिशियनां ने अज तक बहुत बदनाम किया, ये कहिंदे जे नशेई ने। मैनू खुशी है जदों दा अंदोलन शुरू होया किसी अखबार च कदी खबर नहीं आई भी एक मुंडा फलाने जगह नशे नाल मर गया, कोई खबर नहीं कदे आउंदी। कलंक ला दिता साडे मुंडिया ने, और मैं जदों उतरदा मैं देखदा वह डिसिपलिन विच रह के उत्थे झाड़ू फड़ के सफाई करदे ने, मैं देखदा वह ट्रैफिक कंट्रोल करदे ने, मैं देखदा वह लंगरां विच सेवा करदे ने। इक्को गल है, जोश है उहदे नाल होश बहुत जरूरी है। जोश से होश कायम रख के जदों तुसी लड़ोगे शांतमई रह के लड़ोगे दुनिया की कोई ताकत तुहानू हराउण वाली जमी नहीं है, मैं गरंटी देना। असी सिद्ध कर चुके हैं ये तिने कानून काले ने, असी सिद्ध कर चुके हैं सरकार बेईमान है। इसलिए तुहानू ये बेनती है, एक झटका सी सरकार ने दिता अंदोलन, उस झटके के बाद तुसी फिर खड़े हो गए, अज फिर अपने जोबन ते है अंदोलन। सरकार जे लंबा टेस्ट लेना चाहती है साडा, असी पिछे नहीं हटांगा। ए अंदोलन जितेगा। कोई ताकत नहीं दुनिया च जमी इन हराने वाली। इसलिए मैं तुहानू अगले प्रोग्राम की कुछ जानकारी दे दिया। 14 तारीख का वो दिन आ रहा है जदों साडे जवान ते किसान इस देश का अनिखड़वा अंग ने, जिन्होंने इस देश नूं पालिया, जिन्होंने इस देश नूं संभालिया। 14 तारीख नूं पुलवामा घटना का दिन है, असी उस दिन सारे पिंडां विच सारे शहरां विच कैंडल मार्च करांगे, मोमबत्तियां नाल मशालां नाल मशाल मार्च करांगे। 16 तारीख नूं सर छोटू राम का जन्म दिहाड़ा है, उस दिन असी सारे देश विच किसान अते मजदूर का दिहाड़े वजो मनावांगे। 18 तारीख नूं सारे देश विच 12 तो 4 बजे तक असी रेलां रोकण का काम करांगे। मेरी तुहानूं सारयां नूं यह बेनती है इत्थों चलियो। मेरे साथियों ने तुहानूं बहुत कुछ कहा, बहुत कुछ होर कहा जा सकता है, पर एक गल समझ लियो, यह अंदोलन तुहाडे बच्चों का तुहाडे भविख दा है। इस अंदोलन नूं जिन्नी देर मर्जी चले आपां ने अपने पसीने नाल खून नाल सिंजना है। मैं एक मीटिंग च कहा सी मंत्रियों नूं, उदों 70 किसान शहीद होए सी, मैं कहा 70 किसान शहीद हो चुके, तुसी किन्नियां दा खून पीना चाहुंदे हो?
ਉਹ ਉਹਨਾਂ ਨੂੰ ਕੋਈ ਤੁਹਾਡੇ ਨਾਲ ਹਮਦਰਦੀ ਨਹੀਂ। ਇਹੀ ਵਜ੍ਹਾ ਹੈ ਉਹਨਾਂ ਦੇ ਇੱਕ ਐਮ ਪੀ ਨੇ, ਤੁਸੀਂ ਪੜ੍ਹ ਲਿਆ ਹੋਣਾ, ਤਿੰਨ ਚਾਰ ਦਿਨ ਇੱਕ ਚਿੱਠੀ ਲਿਖੀ, ਉਹਨੇ ਕਿਹਾ ਤੁਹਾਨੂੰ ਤਾਕਤ ਦਾ ਨਸ਼ਾ ਤੁਹਾਡੇ ਸਿਰ ਨੂੰ ਚੜ੍ਹ ਗਿਆ। ਭਾਜਪਾ ਦੇ ਇੱਕ ਮੰਤਰੀ ਐਮ ਪੀ ਨੇ ਲਿਖਿਆ ਤੁਹਾਨੂੰ ਤਾਕਤ ਦਾ ਨਸ਼ਾ ਚੜ੍ਹ ਗਿਆ। ਇਸ ਲਈ ਭਰਾਵੋ ਤੁਸੀਂ ਜਿਹੜੇ ਇੱਕ ਦਿਨ ਦੇ ਨੋਟਿਸ 'ਤੇ ਇੱਥੇ ਐਡੀ ਵੱਡੀ ਗਲਤੀ 'ਚ ਆਏ ਹੋ, ਜਦੋਂ ਇਸ ਤਰ੍ਹਾਂ ਦਾ ਇਕੱਠ ਹੁੰਦਾ ਹੈ ਅਸੀਂ ਤੁਹਾਨੂੰ ਦੇਖਦੇ ਹਾਂ, ਸਾਡਾ ਹੌਸਲਾ ਹੀ ਨਹੀਂ ਵੱਧਦਾ, ਸਾਡਾ ਇੱਕ ਇੱਕ ਸਾਡੇ ਸਰੀਰ ਦਾ ਇੱਕ ਕਣ ਤੁਹਾਡਾ ਕਰਜ਼ਾ ਹੀ ਹੋ ਜਾਂਦਾ ਹੈ। ਕਿੱਥੇ ਤੁਹਾਡਾ ਕਰਜ਼ਾ ਮੋੜਾਂਗੇ ਜਿੰਨਾ ਤੁਸੀਂ ਪਿਆਰ ਅਤੇ ਸਤਿਕਾਰ ਸਾਨੂੰ ਦਿੰਦੇ ਹੋ। ਇਸ ਲਈ ਤੁਹਾਡਾ ਪਿਆਰ ਸਤਿਕਾਰ ਸਾਨੂੰ ਬੰਨ ਕੇ ਰੱਖਿਆ ਹੋਇਆ ਇਹਨਾਂ ਨੇ, 2.5 ਮਹੀਨੇ ਹੋ ਗਏ, ਨਾ ਮੈਂ ਉਹ ਅੰਦੋਲਨ ਨਾ ਮੈਂ ਜਾਵਾਂਗਾ ਜਦ ਤਾਈਂ ਇਹ ਫਤਿਹ ਨਹੀਂ ਹੁੰਦਾ, ਪਰ ਤੁਹਾਡਾ ਸਾਥ ਇਸੇ ਤਰ੍ਹਾਂ ਮਿਲਦਾ ਰਹਿਣਾ ਚਾਹੀਦਾ ਹੈ। ਮੈਂ ਉਮੀਦ ਕਰਦਾ ਮੇਰੀਆਂ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।